ਕੀ ਨਾਮ ਹੈ ਜੀ? ਸੁਖਜਿੰਦਰ ਕੌਰ। ਸੁਖਜਿੰਦਰ ਜੀ, ਕੀ ਗੱਲਬਾਤ ਹੋਈ ਹੈ ਜਿਹੜੀ ਅੱਜ ਤੁਹਾਡੇ ਨਾਲ ਘਟਨਾ ਵਾਪਰੀ? ਅਸੀਂ 1:15 ਵਜੇ ਆ ਕੇ ਬੈਠਾਂਗੇ ਭੋਗ ਤੇ ਆ ਕੇ ਰਕਸ ਦੇ ਮਾਰਗ ਦਾ ਤੇ ਵੀ ਮਾਰਗ ਦੇ ਭੋਗ ਤੋਂ ਆ ਕੇ ਇਹ ਮੁੰਡੇ ਨੂੰ ਮੈਂ ਚਾਹ ਪਿਉਣ ਲੱਗੀ ਆਂਗੀ ਬਾੜ ਆ ਕੇ ਤੇ ਮੁੰਡਾ ਮੇਰਾ ਚਾਹ ਵੀ ਕੇ ਹਟਿਆਗਾ ਚਾਹ ਵੀ ਕੇ ਬਹਿ ਗਿਆ ਫੋਨ ਲੈ ਕੇ ਤੇ ਇੰਨੇ ਮੈਂ ਥੋੜਾ ਕਿ ਜਨ ਚੱਕੀ 2 ਮਿੰਟ ਆਵਾਂਗੀ ਤੇ ਇੱਥੇ ਆਉਂਦੇ ਹੁੰਦੇ ਕਿ ਮੈਂ ਬਾੜ ਆਉਣ ਲੱਗੀ ਅੰਦਰੋਂ ਗੁੰਡੀ ਉਹਨਾਂ ਨੇ ਗੁੰਡੀ ਫੜ ਕੇ ਖਿੱਚ ਲਈ ਬਾਹਰ ਅੱਗੇ ਬਾਹਰ ਨਾ ਡਾ ਤੇ ਜਦੋਂ ਮੈਂ ਬਾਹਰ ਤੇ ਮੈਨੂੰ ਫੜ ਕੇ ਬਿੱਡਾਂ ਤੇ ਇੱਥੇ ਬੈਠ ਤੇ ਲੱਤਾਂ ਬਾਹਾਂ ਬੰਨ ਲਈਆਂ ਮੇਰੀਆਂ ਕਿ ਨਹੀਂ ਤਾਂ ਪਿਸਤੌਲ ਦੇ ਦੇ ਤੇ ਨਾਲੇ ਦਿਉਣਾ ਦੇ ਦੇ ਤੇ ਨਾਲੇ ਨਹੀਂ ਨਹੀਂ ਇਹਨੂੰ ਮਾਰ ਕੇ ਜਾਵਾਂਗੇ ਅਸੀਂ ਤੇ ਨਹੀਂ ਤੇਰੇ ਮੁੰਡੇ ਨੂੰ ਆਦੇ ਮੁੰਡੇ ਨੂੰ ਪਾਲਣਾ ਤਾਂ ਪਾਲ ਲਵੇ ਕਿ ਤੇ ਜੇ ਨਹੀਂ ਉਹ ਕਰਨਾ ਤਾਂ ਇੱਕ ਮੈਂ ਇਹਨਾਂ ਨੂੰ ਤਾਂ ਵੀ ਮੇਰੇ ਕੋਲ ਹੈ ਨਹੀਂ ਪਿਸਤੌਲ ਕਹਿੰਦੇ ਕਿ ਨਹੀਂ ਪਿਸਤੌਲ ਦੇ ਕਿ ਨਹੀਂ ਤੇਰੇ ਮਾਰ ਉਹਨੂੰ ਕਹਿੰਦੇ ਵੀ ਤੂੰ ਇਹਦੇ ਗੋਲੀ ਮਾਰ ਤੇ ਵੀ ਕਹਿੰਦੇ ਨਹੀਂ ਤੇਰੇ ਮੁੰਡੇ ਨੂੰ ਵੀ ਅੰਦਰੋਂ ਕੱਢ ਕੇ ਮਾਰਾਂਗੇ ਅਸੀਂ ਜਿੱਥੇ ਵੀ ਹੈਗਾ ਇਹਦੇ ਇੱਥੋਂ ਮਰਜ਼ੀ ਕੱਢ ਕੇ ਦੇ ਸਾਨੂੰ ਪੈਸੇ ਦੇ ਨਾਲੇ ਤੇ ਨਾਲੇ ਮੈਨੂੰ ਸਿਆਉਣਾ ਦੇ ਮੈਂ ਕਹਤਾ ਵੀ ਸਿਆਉਣਾ ਮੇਰੇ ਕੋਲ ਹੈ ਨਹੀਂਗਾ ਵੀ ਨਾ ਹੀ ਮੇਰੇ ਕੋਲ ਕਹਿੰਦੇ ਵੀ ਤੌਲ ਦੇ ਰੋਂਦੇ ਉਹ ਰੌਂਦ ਮੈਂ ਕਿਹਾ ਵੀ ਰੌਂਦ ਵੀ ਹੈ ਨਹੀਂਗੇ ਕਿੰਨੇ ਕੁ ਜਾਣੀ ਸੀ ਜੀ? 5 ਜਣੇ ਤਾਂ ਅੰਦਰ ਆਏ ਆਗੇ 5 ਜਣੇ ਤਾਂ ਅੰਦਰ ਆਏ ਆ ਤੇ ਦੂਜੇ ਬਾਹਰ ਖੜੇ। ਕਿੰਨੀਆਂ ਗੱਡੀਆਂ ਤੇ ਸੀ ਜੀ ਫਿਰ? ਗੱਡੀ ਬਾਹਰ ਕੋਈ ਨਹੀਂ ਦੇਖੀ ਸਾਨੂੰ ਬਾੜ ਆ ਗਏ ਬਾਹਰੋਂ ਬੰਨ ਕੇ ਮੂੰਹ ਸਿਰ ਮੇਰਾ ਇੱਥੇ ਸੱਟ ਗਿਆ ਤੇ ਬਾਹਰੋਂ ਕੁੰਡੀ ਵੀ ਲਾ ਗਏ ਉੱਥੋਂ ਤੇ ਕਹਿੰਦੇ ਕਿ ਵੀ ਜੇ ਬਾਹਰ ਨਿਕਲ ਕੇ ਰੌਲਾ ਪਾਇਆ ਸੀ ਮੁੜ ਕੇ ਆ ਕੇ ਵੀ ਤੈਨੂੰ ਮਾਰ ਦਾਂਗੇ ਜੇ ਤੁਸੀਂ ਪੁਲਿਸ ਨੂੰ ਤਲਾਹ ਦਿੱਤੀ ਤਾਂ ਅਸੀਂ ਤੁਹਾਨੂੰ ਸਾਰੇ ਟੱਬਰ ਨੂੰ ਮਾਰ ਦਾਂਗੇ ਪਏ ਕਿ ਮਾਰ ਲੈਣਾ ਤਾਂ ਪਾਲ ਲੋ ਆਦਾ ਨਹੀਂ। ਕੌਣ ਸੀ ਜੀ? ਕੋਈ ਲੱਗਦਾ ਕੋਈ ਜਾਣ ਪਹਿਚਾਣ ਨੇ ਲੱਗਦੇ ਸੀ ਜਾਂ ਕੋਈ ਆਪਰੇ ਸੀ? ਇੱਕ ਆਪਣੀ ਜਾਨ ਸਕਾ ਆਦਾ ਸਾਡਾ। ਕੀ ਨਾਮ ਕੀ ਹੈ ਜੀ ਉਹਨਾਂ? ਰਜਿੰਦਰ ਸਿੰਘ। ਦੋ ਤੇ ਹੋਰ ਕਿਤੋਂ ਦੇ ਸੀਗੇ ਦੋ ਜਿਹੜੇ 4 ਜਣੇ ਸੀ ਉਹ ਉੱਪਰੇ ਸੀਗੇ ਤੇ ਦੂਜੇ ਇਹਨਾਂ ਦੇ ਮੰਗ ਸੀ ਜਿਹੜੇ ਰਿਸ਼ਤੇਦਾਰ ਆ ਗਏ ਇਹਨਾਂ ਦੇ। ਗੱਲ ਕਰੀਏ ਤਾਂ ਕਿਹੋ ਜਿਹੇ ਹਥਿਆਰਾਂ ਦੇ ਨਾਲ ਆਏ ਸੀਗੇ? ਪਿਸਤੌਲ ਸੀ ਕੋਲੇ ਜੀ ਜਿਹੜੇ ਆ ਦੂਜੇ ਤੇ ਉਹਨਾਂ ਨੇ ਮੇਰੇ ਪਿਸਤੌਲ ਪਹਿਲਾਂ ਗੋਡੇ ਨਾਲ ਫਿਰ ਮੇਰੇ ਇਹਦਾ ਅੱਖ ਹਲਾ ਲਿਆ ਕਹਿੰਦੇ ਕਿ ਨਹੀਂ ਤਾਂ ਮਾਰਾਂਗੇ ਨਹੀਂ ਦੇ ਦੇ ਸਾਨੂੰ ਸਾਰਾ ਕੁਝ। ਮੈਂ ਪੇਟੀ ਦੀ ਕੁੰਜੀ ਦਿੰਦੀ ਨਹੀਂ ਸੀ ਉਹਨਾਂ ਨੂੰ ਤੇ ਕਹਿੰਦੇ ਕਿ ਨਹੀਂ ਦਿੰਦੀ ਤਾਂ ਮਾਰ ਇਹਦੇ। ਕੀ ਕੁਛ ਲੈ ਗਏ ਜੀ ਹੁਣ? ਇੱਕ ਤਾਂ ਲੈ ਗਏ ਜੀ 1 ਲੱਖ ਰੁਪਇਆ ਲੈ ਗਏ ਤੇ ਇੱਕ ਪਿਸਤੌਲ ਲੈ ਗਏ ਆ ਇੱਕ ਮੋਬਾਈਲ ਲੈ ਗਏ ਆ। ਕੋਈ ਰੌਂਦ ਵਗੈਰਾ ਵੀ ਲੈ ਕੇ ਗਏ? ਨਹੀਂ ਜੀ ਰੌਂਦ ਨਹੀਂ ਲੈ ਕੇ ਗਏ, ਰੌਂਦ ਮੈਂ ਦਿੱਤੇ ਨਹੀਂ ਕਹਿੰਦੇ ਮੈਂ ਕਿਹਾ ਹੈ ਨਹੀਂ ਗੇ ਰੌਂਦ ਸਾਡੇ ਕੋਲ। ਕਿਸ ਤਰ੍ਹਾਂ ਫਿਰ ਜਦੋਂ ਤੁਸੀਂ ਬੰਨੇ ਹੋਏ ਸੀ ਕਿਸ ਤਰ੍ਹਾਂ ਤੁਸੀਂ ਕੋਈ ਰੋਲਾ ਪਾਇਆ ਜਾਂ ਕਿਸ ਤਰ੍ਹਾਂ? ਰੋਲਾ ਉਹਨਾਂ ਨੇ ਮੈਨੂੰ ਪਾਉਣ ਨਹੀਂ ਦਿੱਤਾ ਜੀ, ਕਹਿੰਦੇ ਜੇ ਰੋਲਾ ਪਾਇਆ ਤਾਂ ਅਸੀਂ ਵਾਪਸ ਮੁੜ ਕੇ ਹੱਥ ਮਾਰ ਕੇ ਜਾਵਾਂਗੇ। ਮੂੰਹ ਬੰਨ ਤਾਂ ਉਹਨਾਂ ਨੇ ਮੇਰਾ ਨਾਲੇ ਮੇਰੀਆਂ ਬਾਹਾਂ ਬੰਨ ਦਿੱਤੀਆਂ ਨਾਲੇ ਮੇਰੀਆਂ ਲੱਤਾਂ ਬੰਨ ਦਿੱਤੀਆਂ। ਫਿਰ ਕਿਵੇਂ ਪਤਾ ਲੱਗਿਆ ਜੀ ਤੁਸੀਂ ਕਿਵੇਂ ਛੁੱਟੇ ਆਪਦੇ ਆਪ? ਮੈਂ ਮੇਰੇ ਮੁੰਡੇ ਨੇ ਖੋਲਿਆ ਮੈਨੂੰ ਉਦੋਂ ਬਾਅਦ। ਹਾਂਜੀ ਉਸ ਤੋਂ ਬਾਅਦ? ਉਸ ਤੋਂ ਬਾਅਦ ਅਸੀਂ ਬਹਿ ਬਹਿ ਕੇ ਉਹ ਬਾਗੇ ਬਾਹਰੋਂ ਬਾੜ ਆ ਕੇ ਗਏ ਸਾਨੂੰ ਉਹ, ਅਸੀਂ ਉਦੋਂ ਬਾਅਦ ਬਹਿ ਕੇ ਕਿਸੇ ਗਵਾਂਢੀਆਂ ਦੇ ਘਰੇ ਗਏ ਹਾਂ ਉਹਨਾਂ ਤੋਂ ਅਸੀਂ ਘਰੇ ਜਾ ਕੇ ਫੋਨ ਕਰਾਇਆ ਗਾ ਸਾਡੇ ਖੇਤ ਵੀ ਇਹਨਾਂ ਨੂੰ ਕਹਿੰਦੇ ਵੀ ਐਂ ਕਰਕੇ ਤੇ ਫਿਰ ਉਦੋਂ ਬਾਅਦ ਉਹ ਕਹਿੰਦੇ ਕਿ ਜੇ ਤੁਸੀਂ ਕਿਤੇ ਵੀ ਚੀਕ ਸੁਣੋਗੇ ਉੱਥੋਂ ਵਾਪਸ ਹੀ ਆਵਾਂਗੇ ਅਸੀਂ ਤੇ ਇਹ ਤਾਂ ਕਹਿੰਦੇ ਜੇ ਪੁਲਿਸ ਨੂੰ ਤਾਂ ਦਿੱਤੀ ਹੈ ਤੁਸੀਂ ਦਰਗਾਸ ਅਸੀਂ ਤੁਹਾਨੂੰ ਮਾਰ ਕੇ ਜਾਵਾਂਗੇ ਸਾਰੇ ਟੱਬਰ ਨੂੰ। ਮੈਡਮ ਇੱਕ ਦਿਨ ਦਿਹਾੜੇ ਡਾਕਾ ਪਿਆ ਜੀ ਸਾਹਿਬ ਚੰਦ। ਹਾਂਜੀ ਕੀ ਮਾਮਲਾ ਜੀ? ਐਕਚੁਲੀ ਜੀ 4-5 ਬੰਦੇ ਆਏ ਸੀਗੇ ਤੇ ਇਹਨਾਂ ਦੇ ਘਰੇ ਮਤਲਬ ਪੈਸੇ ਤੇ ਮੋਬਾਈਲ ਵਗੈਰਾ ਤੇ ਇੱਕ ਪਿਸਤੌਲ ਵਗੈਰਾ ਖੋਹ ਕੇ ਲੈ ਗਏ ਆ। ਜਦੋਂ ਅਸੀਂ ਉਹਦੀ ਤਲਾਸ਼ ਕਰੀ ਜਾਂਦੇ ਦੋਸ਼ੀਆਂ ਦੀ ਜਦੋਂ ਖੜੇ ਵੇਚ ਕਰ ਰਹੇ ਸੀਸੀਟੀਵੀ ਫੁਟੇਜ ਵਗੈਰਾ ਵੀ ਉਹ ਵੀ ਚੈੱਕ ਕਰ ਰਹੇ ਆ ਜੀ। ਲੱਗਦਾ ਬੰਦੇ ਜਾਣੇ ਪਹਿਚਾਣੇ ਕਰਦੇ ਨੇ? ਹਾਂਜੀ ਹਾਂਜੀ ਉਹਨਾਂ ਨੇ ਜਾਣੇ ਪਛਾਣੇ ਹੈਗੇ ਆ ਜੀ ਤੇ ਬਾਕੀ ਉਹਨਾਂ ਜਦੋਂ ਕੁਛ ਪਤਾ ਲੱਗਦਾ ਦੱਸਦਾ। ਰਿਸ਼ਤੇਦਾਰੀ ਹੈ ਜੀ? ਇਹਨਾਂ ਦਾ ਭਤੀਜਾ ਲੱਗਦਾ ਜੀ।